ਏ ਕਿਉਂ ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੋ ਪਈ ਹਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ हे काल पुरख, आप हाथ दे के मेरी रक्षा करो जी। मेरे मन की यह सदर इच्छा आप जी की कृपा द्वारा ही पूरी होवे कि मेरा मन हमेशा आप दे चरणा विच जुड़िया रहे। मैनू आप अपना दास समझ के मेरी हर तरह ना प्रीत पालना करो जी। हमरे दुष्ट सबे तुम कावो आप हाथ दे मोहे बचावो सुखी बसे मोरो परवारा सेवक सिख सबे करतारा हे वाहिगुरु, अपनी शक्ति द्वारा मेरे सारे दुश्मना अते मनुखता दे दोषी मार मुकाओ अते अपना हाथ दे के मैनू इन्हां दुष्टां तों बचा लवो। मेरा परिवार सुखी बसे। हे करतार, ए मेरा सिख परिवार सारे ही तेरे सेवक हन। मोर शानिज कर दे करिए सब रन को आज संगरिए पूरन होए हमारी आसा तोर भजन की रहे प्यासा ਤੁਸੀਂ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਜੀ। ਜੇ ਤੁਸੀਂ ਮੇਰੇ ਤੋਂ ਖੁਸ਼ ਹੋ ਤਾਂ ਮੇਰੇ ਸਾਰੇ ਵੈਰੀਆਂ ਮਨੁੱਖਤਾ ਦੇ ਦੋਸ਼ੀਆਂ ਨੂੰ ਤਤਕਾਲ ਨਸ਼ਟ ਕਰ ਦਿਓ। ਆਪ ਜੀ ਦੀ ਬਖਸ਼ਿਸ਼ ਦੁਆਰਾ ਮੇਰੀ ਇਹ ਆਸ ਹੈ ਕਿ ਮੈਨੂੰ ਹਰ ਦਮ ਆਪ ਦੇ ਸਿਮਰਨ ਦੀ ਪਿਆਸ ਤਾਂ ਲੱਗੀ ਰਹੇ ਤੇ ਉਹ ਜਲਦੀ ਪੂਰੀ ਹੋਵੇ। ਤੁਮੇ ਛਾੜ ਕੋਈ ਅਵਨਾ ਧਿਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਦਸਮ ਪਿਤਾ ਜੀ ਫਰਮਾ ਰਹੇ ਨੇ ਕਿ हे ਪਰਮਾਤਮਾ, ਮੇਰੇ ਤੇ ਇਹ ਮਿਹਰ ਕਰੋ ਕਿ ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਦਾ ਧਿਆਨ ਨਾ ਧਰ ਸਕਾਂ। ਜੋ ਵੀ ਆਸ਼ੀਰਵਾਦ ਚਾਹਾਂ ਉਹ ਕੇਵਲ ਆਪ ਤੋਂ ਹੀ ਪ੍ਰਾਪਤ ਹੋਵੇ। ਮੇਰੇ ਸੇਵਕ ਜੋ ਕਿ ਆਪ ਦੇ ਵੀ ਸੇਵਕ ਹਨ, ਇਹਨਾਂ ਨੂੰ ਕਿਰਪਾ ਕਰਕੇ ਸੰਸਾਰ ਸਾਗਰ ਤੋਂ ਤਾਰ ਲਵੋ ਜੀ। ਮੇਰੇ ਸਾਰੇ ਦੁਸ਼ਮਣ ਮਨੁੱਖਤਾ ਦੇ ਦੋਸ਼ੀ ਮਾਰ ਮੁਕਾਓ ਜੀ। ਆਪ ਹਾਥ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਅਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੋ ਕਰਿਓ ਰੱਛਾ ਹੇ ਮਹਾਕਾਲ ਜੀਓ, ਤੁਸੀਂ ਆਪਣੀ ਕਿਰਪਾ ਦੁਆਰਾ ਆਪਣਾ ਹੱਥ ਦੇ ਕੇ ਮੈਨੂੰ ਭਵ ਸਾਗਰ ਤੋਂ ਬਚਾ ਲਵੋ ਜੀ ਅਤੇ ਮੇਰੇ ਮਨ ਵਿੱਚੋਂ ਮਰਨ ਸਮੇਂ ਦਾ ਕਸ਼ਟ ਤੇ ਭੈ ਦੂਰ ਕਰ ਦਿਓ। ਹੇ ਮਹਾਕਾਲ ਜੀਓ, ਸਦਾ ਕੇਰੀ ਪੱਖੀ ਮਦਦਕਾਰ ਬਣੋ ਜੀ, ਅਰਥਾਤ ਮੇਰੀ ਹਰ ਸਮੇਂ ਮਦਦ ਕਰੋ ਅਤੇ ਹਰ ਔਕੜ ਸਮੇਂ ਮੇਰੀ ਰੱਖਿਆ ਕਰੋ ਜੀ। ਰਾਖ ਲਿਓ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧੂ ਸਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਦਸਮ ਪਿਤਾ ਜੀ ਕਹਿ ਰਹੇ ਨੇ, ਹੇ ਸੰਤਾਂ ਦੀ ਸਹਾਇਤਾ ਕਰਨ ਵਾਲੇ ਪਿਆਰੇ ਸਵਾਮੀ ਜੀਓ, ਮੇਰੇ ਹਰ ਸਮੇਂ ਰੱਖਿਆ ਕਰੋ ਜੀ। ਤੁਸੀਂ ਦੀਨ ਦੁਨੀਆਂ ਦੇ ਮਿੱਤਰ ਹੋ ਅਤੇ ਮਨੁੱਖਤਾ ਦੇ ਦੋਸ਼ੀਆਂ ਦਾ ਨਾਸ਼ ਕਰਨ ਵਾਲੇ ਹੋ। ਤੁਸੀਂ ਹੀ 14 ਪੁਰੀਆਂ, 7 ਆਕਾਸ਼ ਅਤੇ 7 ਪਤਾਲ ਦੇ ਮਾਲਕ ਹੋ ਜੀ। ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਅਰਥਾਤ ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਹੀ ਬ੍ਰਹਮਾ ਨੇ ਸਰੀਰ ਧਾਰਿਆ ਹੈ। ਪਰਮਾਤਮਾ ਦੇ ਹੁਕਮ ਨਾਲ ਹੀ ਵਿਸ਼ਨੂੰ ਦਾ ਪ੍ਰਕਾਸ਼ ਹੋਇਆ ਹੈ। ਇਹ ਸਾਰਾ ਤਮਾਸ਼ਾ ਅਕਾਲ ਪੁਰਖ ਦਾ ਹੀ ਰਚਿਆ ਹੋਇਆ ਹੈ। ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ। ਜਿਸ ਅਕਾਲ ਪੁਰਖ ਨੇ ਸ਼ਿਵਜੀ ਵਰਗੇ ਜੋਗੀ ਦੀ ਰਚਨਾ ਕੀਤੀ, ਵੇਦਾਚਾਰੀਆ ਬ੍ਰਹਮਾ ਜਿਸਦੇ ਹੁਕਮ ਵਿੱਚ ਪੈਦਾ ਹੋਇਆ, ਜਿਸ ਅਕਾਲ ਪੁਰਖ ਨੇ ਸਾਰੇ ਸੰਸਾਰ ਨੂੰ ਸਾਜਿਆ ਤੇ ਸਵਾਰਿਆ ਹੈ, ਉਸ ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ ਜੀ। ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਅਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਜਿਸ ਅਕਾਲ ਪੁਰਖ ਨੇ ਸਾਰਾ ਜਗਤ ਰਚਿਆ ਹੈ, ਸ੍ਰਿਸ਼ਟੀ ਵਿੱਚ ਦੇਵਤੇ ਰਾਕਸ਼ਸ ਆਦਿ ਪੈਦਾ ਕੀਤੇ ਹਨ, ਜਿਹੜਾ ਵਾਹਿਗੁਰੂ ਸ੍ਰਿਸ਼ਟੀ ਰਚਨਾ ਦੇ ਆਰੰਭ ਤੋਂ ਲੈ ਕੇ ਅੰਤ ਪਰਲੋ ਤੱਕ ਇੱਕੋ ਇੱਕ ਆਪ ਹੀ ਪੂਜਨਿਕ ਹਸਤੀ ਹੈ, ਉਹ ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਬਕਨ ਕੋ ਸਿਬ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵਧ ਕੀਓ।
ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਚਰਨਾਂ ਵਿੱਚ ਸ਼ਿੰਗਾਰ ਕੇ ਸਹਿਜ ਸੁਆਦ ਬਖਸ਼ਿਆ ਹੈ, ਜਿਸ ਵਾਹਿਗੁਰੂ ਨੇ ਆਪਣੇ ਸੇਵਕਾਂ ਨੂੰ ਹਮੇਸ਼ਾ ਸੁੱਖ ਅਤੇ ਦੈਣੀ ਗੁਣ ਪ੍ਰਦਾਨ ਕੀਤੇ ਹਨ ਅਤੇ ਆਪਣੇ ਅੰਮ੍ਰਿਤ ਬਲ ਦੁਆਰਾ ਆਪਣੇ ਸੇਵਕਾਂ ਤੇ ਸ਼ਤਰੂਆਂ ਦਾ ਪਲ ਭਰ ਵਿੱਚ ਨਾਸ਼ ਕਰਦਾ ਆਇਆ ਹੈ, ਕੇਵਲ ਉਸੇ ਨੂੰ ਹੀ ਮੇਰੀ ਸਦਾ ਨਮਸਕਾਰ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੰਤੀ ਤੇ ਕੂਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਉਹ ਅੰਤਰਜਾਮੀ ਵਾਹਿਗੁਰੂ ਹਰੇਕ ਜੀਵ ਦੇ ਦਿਲ ਦੀ ਹਾਲਤ ਜਾਣਦਾ ਹੈ, ਕੀ ਚੰਗੇ ਅਤੇ ਕੀ ਮੰਦੇ ਸਭ ਦੇ ਦਿਲਾਂ ਦੀ ਪੀੜਾਂ ਦਾ ਅਨੁਭਵ ਕਰਦਾ ਹੈ। ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਆਕਾਰ ਵਾਲੇ ਹਾਥੀ ਤੱਕ ਸਭ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਖੁਸ਼ ਹੁੰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਵਾਹਿਗੁਰੂ ਭਾਵੇਂ ਨਿਰਲੇਪ ਹੈ, ਇਸਦੇ ਬਾਵਜੂਦ ਆਪਣੇ ਸੰਤਾਂ ਭਗਤਾਂ ਦੇ ਦੁਖੀ ਕੀਤੇ ਜਾਣ ਦੇ ਦੁੱਖ ਮਹਿਸੂਸ ਕਰਦਾ ਹੈ ਅਤੇ ਸਤਪੁਰਸ਼ਾਂ ਨੂੰ ਸੁਖ ਮਿਲਣ ਤੇ ਉਹ ਸੁਖ ਵੀ ਪ੍ਰਤੀਤ ਕਰਦਾ ਹੈ। ਇਕੱਲੇ ਇਕੱਲੇ ਵਿਅਕਤੀ ਦੀ ਪੀੜਾ ਨੂੰ ਅਨੁਭਵ ਕਰਦਾ ਹੈ ਅਤੇ ਹਰੇਕ ਮਨੁੱਖ ਦੇ ਡੂੰਘਾਈਆਂ ਤੇ ਸੰਕਲਪਾਂ ਤੋਂ ਜਾਣੂ ਹੈ। ਜਬ ਉਦ ਕਰਖ ਕਰਾ ਕਰ ਤਾਰਾ, ਪਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰ ਤੋ ਕਬ ਹੂੰ, ਤੁਮ ਮੈਂ ਮਿਤ ਦੇ ਧਰ ਸਭ ਹੂੰ। ਹੇ ਕਰਤਾਰ, ਜਦੋਂ ਆਪ ਜੀ ਆਪਣੀ ਉਤਕਰਖਣ ਭਾਵ ਦਇਆ ਦ੍ਰਿਸ਼ਟੀ ਪਸਾਰ ਕਰਨ ਵਾਲੀ ਸ਼ਕਤੀ ਦਾ ਪ੍ਰਯੋਗ ਕਰਦੇ ਹੋ ਤਾਂ ਅਣਗਿਣਤ ਖਲਕਤ ਭਾਵ ਅਣਗਿਣਤ ਜੀਵ ਜੰਤੂ ਸਰੀਰ ਧਾਰਨ ਕਰ ਲੈਂਦੇ ਹਨ, ਪਰ ਜਦੋਂ ਆਪ ਆਪਣੀ ਦਇਆ ਦ੍ਰਿਸ਼ਟੀ ਆਕਰਖਣ ਸਮੇਟਣ ਵਾਲੀ ਸ਼ਕਤੀ ਦੀ ਵਰਤੋਂ ਕਰਦੇ ਹੋ ਤਾਂ ਸਾਰੇ ਦੇਹਧਾਰੀ ਜੀਵ ਜੰਤੂ ਆਪ ਜੀ ਵਿੱਚ ਹੀ ਸਮਾ ਜਾਂਦੇ ਹਨ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪੇ ਆਪਣੀ ਬੂਝ ਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰ ਆਲਮ। ਦਸਮ ਪਿਤਾ ਜੀ ਕਹਿ ਰਹੇ ਨੇ, ਸ੍ਰਿਸ਼ਟੀ ਜਿੰਨੇ ਸਰੀਰ ਉਤਪੰਨ ਕਰਦੀ ਹੈ ਉਹਨਾਂ ਵਿੱਚੋਂ ਹਰ ਕੋਈ ਆਪੋ ਆਪਣੀ ਸੋਝੀ ਅਨੁਸਾਰ ਹੀ ਆਪ ਜੀ ਦੀਆਂ ਬੜਿਆਈਆਂ ਕਥਨ ਕਰਦਾ ਹੈ। ਆਪ ਜੀ ਸਾਰੇ ਜੀਵਾਂ ਤੋਂ ਨਿਰਲੇਪ ਰਹਿੰਦੇ ਹੋ, ਇਹ ਗੱਲ ਵੇਦ ਭਾਵ ਕੀ ਧਰਮ ਗ੍ਰੰਥ ਰਹੱਸਵਾਦੀ ਅਤੇ ਗਿਆਨਵਾਦ ਪੁਰਖ ਹੀ ਜਾਣਦੇ ਹਨ। ਨਿਰੰਕਾਰ ਨਿਰਵਕਾਰ ਨਿਲੰਬ, ਆਦ ਅਨੀਲ ਅਨਾਦ ਅਸੰਭ, ਤਾਂ ਕਾ ਮੂੜ ਉਚਾਰਤ ਭੇਦਾਂ, ਜਾਂ ਕੋ ਭੇਵ ਨ ਪਾਵਤ ਵੇਦਾਂ। ਅਕਾਲ ਪੁਰਖ ਵਾਹਿਗੁਰੂ ਕਿਸੇ ਆਕਾਰ ਤੋਂ ਰਹਿਤ ਹੈ, ਕੋਈ ਵਿਕਾਰ ਉਸਨੂੰ ਪੂ ਨਹੀਂ ਸਕਦਾ, ਉਸਨੂੰ ਕਿਸੇ ਆਸਰੇ ਦੀ ਲੋੜ ਨਹੀਂ, ਉਹ ਸਾਰੀ ਪ੍ਰਕਿਰਤੀ ਦਾ ਮੁੱਢ ਮੂਲ ਹੈ, ਉਹ ਰੂਪ ਰੰਗ ਤੋਂ ਰਹਿਤ ਹੈ ਅਤੇ ਜਨਮ ਮਰਨ ਤੋਂ ਵੀ ਰਹਿਤ ਹੈ, ਉਹ ਸਿਰਫ ਪ੍ਰਕਾਸ਼ ਹੈ। ਮੂਰਖ ਮਨੁੱਖ ਉਸ ਅਕਾਲ ਪੁਰਖ ਦਾ ਭੇਦ ਪਾ ਲੈਣ ਦੀ ਛੇਕੀ ਮਾਰਦਾ ਹੈ, ਜਿਸ ਦਾ ਭੇਦ ਵੇਦ ਅਤੇ ਵੇਦਾਚਾਰੀਆ ਵੀ ਨਹੀਂ ਪਾ ਸਕੇ ਹਨ। ਤਾਂ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨੈ ਭਿਵ। ਮੂਰਖ ਲੋਕ ਨਿਰਅਕਾਰ ਵਾਹਿਗੁਰੂ ਦਾ ਭੇਦ ਨਹੀਂ ਜਾਣਦੇ। ਮਾਦਾ ਪ੍ਰਸਤ ਮੂਰਖ ਲੋਕ ਪੱਥਰ ਦੀ ਮੂਰਤੀ ਬਣਾ ਕੇ ਉਸਨੂੰ ਪਰਮਾਤਮਾ ਖਿਆਲ ਕਰਦੇ ਹਨ। ਮੂਰਖ ਲੋਕ ਮਹਾਦੇਵ ਅਥਵਾ ਸ਼ਿਵਜੀ ਦੇਵਤੇ ਨੂੰ ਹੀ ਸਦਾ ਥਿਰ ਰਹਿਣ ਵਾਲਾ ਨਿਰੰਕਾਰ ਆਖਦੇ ਹਨ, ਪਰੰਤੂ ਅਸਲੀ ਨਿਰੰਕਾਰ ਦੀ ਹਸਤੀ ਦਾ ਭੇਦ ਨਹੀਂ ਜਾਣਦੇ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ। ਹੇ ਪ੍ਰਭੂ, ਹਰ ਕੋਈ ਆਪੋ ਆਪਣੀ ਬੁੱਧੀ ਜਿੰਨੀ ਕੋ ਆਪ ਜੀ ਵੱਲੋਂ ਬਖਸ਼ਿਸ਼ ਹੋਈ ਹੈ ਅਨੁਸਾਰ ਵੱਖ ਵੱਖ ਤਰੀਕਿਆਂ ਨਾਲ ਆਪ ਜੀ ਦੇ ਵੱਖ ਵੱਖ ਗੁਣਾਂ ਦਾ ਵਰਣਨ ਕਰਦਾ ਹੈ। ਆਪ ਜੀ ਦਾ ਅਦਭੁਤ ਜਗਤ ਪਸਾਰਾ ਅਲੱਖ ਹੈ, ਪਤਾ ਨਹੀਂ ਲੱਗਦਾ ਕਿ ਆਪ ਜੀ ਨੇ ਕਿਸ ਤਰੀਕੇ ਨਾਲ ਪਹਿਲਾਂ ਪਹਿਲ ਸੰਸਾਰ ਸਜਾਇਆ ਹੈ। ਏਕੇ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਸੁੰਦਰ ਰੂਪ ਸਰੂਪ ਵਾਲਾ ਬੇਮਿਸਾਲ ਇੱਕੋ ਇੱਕ ਪ੍ਰਭੂ ਆਪ ਹੀ ਕਿਤੇ ਕੰਗਾਲ ਬਣਿਆ ਬੈਠਾ ਹੈ, ਕਿਤੇ ਅਮੀਰ ਕਿਤੇ ਰਾਜਾ। ਉਸਨੇ ਅਮਜਜ ਭਾਵ ਆਂਡਾ, ਜੀਰਜ ਭਾਵ ਗਰਭ ਅਤੇ ਸੇਤਜ ਭਾਵ ਗੰਦਗੀ ਤੇ ਉਤਪਜ ਭਾਵ ਧਰਤੀ ਤੋਂ ਉੱਗਣ ਵਾਲੀਆਂ ਚੀਜ਼ਾਂ ਖਾਣੀਆਂ ਦੀ ਰਚਨਾ ਕੀਤੀ ਹੈ, ਫਿਰ ਸਾਰੀ ਉਤਪਤੀ ਇਹਨਾਂ ਖਾਣੀਆਂ ਦੁਆਰਾ ਹੀ ਕੀਤੀ ਹੈ। ਕਹੂੰ ਫੁੱਲ ਰਾਜਾ ਹਵੇ ਬੈਠਾ, ਕਹੂੰ ਸਿਮਟ ਭਿਓ ਸੰਕਰ ਕੈਠਾ,
ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜਗਾਲ ਸਰੂਪ ਸ਼ਿਵੰਭਵ। ਅਕਾਲ ਪੁਰਖ ਕਿਤੇ ਫੁੱਲ ਕੇ ਰਾਜਾ ਬਣਿਆ ਬੈਠਾ ਹੈ, ਕਿਧਰੇ ਸੁੰਗੜ ਕੇ ਇਕੱਠਾ ਹੋ ਕੇ ਸਭ ਕੁਛ ਦਾ ਤਿਆਗ ਕਰਕੇ ਸੰਨਿਆਸੀ ਬਣੀ ਬੈਠਾ ਹੈ, ਸਾਰੀ ਜਗਤ ਰਚਨਾ ਦਾ ਅਦਭੁਤ ਤਮਾਸ਼ਾ ਦਿਖਾ ਰਿਹਾ ਹੈ। ਉਹ ਸੁੱਤੇ ਪ੍ਰਕਾਸ਼ ਸੁੰਦਰ ਸਰੂਪ ਵਾਲਾ ਵਾਹਿਗੁਰੂ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਅਤੇ ਯੁੱਗਾਂ ਦੇ ਮੁੱਢ ਵਿੱਚ ਹੀ ਪ੍ਰਕਾਸ਼ਮਾਨ ਸੀ। ਅਬਰ ਛਾ ਮੇਰੀ ਤੁਮ ਕਰੋ, ਸਿੱਖ ਵਾਰ ਅਸਿੱਖ ਸੰਗਰੋ, ਦੁਸ਼ਟ ਜਿੱਤੇ ਉੱਠ ਬੱਤ ਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। हे प्रभु, हुण आप जी मेरी रक्षा करो, तुहाडी सिक्ख्या अनुसार चलण वाले सिखां सेवकां नूं बचा लवो अते तुहाडी सिक्ख्या दे विरुद्ध चलण वाले व्यक्तियां दा नाश करो। जिन्ने भी खोटी मत वाले मनुखता दे दोषी हुंदे हन, उहनां समूह राक्षस बुद्धि वाले पापियां दा युद्ध विच विनाश करो जी। ਜੇ ਅਸ ਤੁਜਤਾ ਵਿਸ਼ਰ ਨਹੀਂ ਪਰੇ, ਤਿਨਕੇ ਦੁਸ਼ਟ ਦੁਖਤ ਵੈ ਮਰੇ, ਪੁਰਖ ਜਬਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। हे खड़कधारी प्रभु, जेड़े जेड़े जीव तुहाडी शरण विच आ पाए, उहनां दे दुखी आप ही दुखी हो के अपनी मौत मरे हन। हे अकाल पुरख, जेड़े व्यक्ति आप जी दे चरणी ढह पाए, आप जी ने उहनां दे सारे कष्ट निवार दित्ते हन। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰਸ਼ਾ ਹੋਏ ਤਾਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਜਿਹੜੇ ਜੀਵ ਅਕਾਲ ਪੁਰਖ ਨੂੰ ਇੱਕ ਵਾਰੀ ਵੀ ਇੱਕ ਚਿੱਤ ਹੋ ਕੇ ਧਿਆਨ ਵਿੱਚ ਲਿਆਉਂਦੇ ਹਨ, ਉਹਨਾਂ ਦੇ ਨੇੜੇ ਜਮਦੂਤ ਫੜਕ ਨਹੀਂ ਸਕਦੇ। ਉਹਨਾਂ ਦੀ ਸਰਵਕਾਲ ਰੱਖਿਆ ਹੁੰਦੀ ਹੈ ਅਤੇ ਉਹਨਾਂ ਮਗਰੋਂ ਦੁੱਖ, ਦੁਸ਼ਮਣ ਆਦਿਕ ਤੁਰੰਤ ਹੀ ਲੱਥ ਜਾਂਦੇ ਹਨ। ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੋ, ਤਾਂ ਕਿ ਤਾਪ ਤਨਕ ਮੋਹ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁੱਟ ਸਾਸ ਵਹਿ ਸਕੇ ਨ ਕੋਈ। हे प्रभु, जिन्हां जीवां दे शरीरां नूं आप अपनी मेहर नाल तकदे हो, उहनां दे सारे दुख कलेश खिन मात्र विच दूर कर दिंदे हो। उहनां दे शरीर घर विच सारियां रिद्धियां सिद्धियां सुते ही पैदा हो जांदियां हन अते कोई दुखी उहनां दे परशामे तक दे नेड़े नहीं फटक सकदा। ਏਕ ਵਾਰ ਜਿਨ ਤੁਮੇ ਸੰਭਾਰਾ, ਕਾਲ ਫਾਂਸ ਤੇ ਤਾਹੇ ਉਵਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੋਖ ਤੇ ਰਹਾ। हे महाकाल जी, जिन्हां जीवां ने एक बार आप जी का एकाग्र मन होकर चिंतन किया है, आप जी ने उन्हां नूं काल दी फाही तो बचा लिया है। जिन्हां मनुखां ने तुहाडा नाम सिमरिया है, वो दलिद्र तो अते दोखी दुश्मन तो सदा बचे रहे। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦੇ ਲਿਹੋ ਉਭਾਰੀ, ਸਰਬ ਠੋਰ ਮੋਹ ਹੋ ਸਹਾਈ, ਦੁੱਟ ਦੋਖ ਤੇ ਲਿਹੋ ਬਚਾਈ। हे कृपान दे चिन्ह वाले झंडे दे मालिक, मैं आप जी दी शरणी आन टठा हाँ। मैनू अपना हाथ दे के बचा लवो, हरेक स्थान ते मेरी सहायता करो अते दुष्टा ते दुखियां तो मैनू बचा लवो जी। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਖਤ ਰੇ ਨਹੀਂ ਆਨਿਓ। हे महाकाल जी, जदों तो मैं आप जी दे चरण पकड़े हन, तातों हे महाकाल जी, जदों तो मैं आप जी दे चरण पकड़े हन, उदों तो किसे होर नूं अख हेठ नहीं लियांदा है, अर्थात आप जी दे चरणी लगियां मैं बेमोहताज हो गया हाँ। ਰਾਮ ਰਹੀਮ ਪ੍ਰਾਨ ਕੁਰਾਨ, ਅਨੇਕ ਕਹੇ ਮਤ ਏਕ ਨ ਮਾਨਿਓ। रामचंद्र जी हिंदुओं के अवतार अते हजरत मुहम्मद आदिक मुसलमाना दे पैगंबर, पुराण हिंदू मत दे धर्म दे ग्रंथ अते कुरान इस्लाम मत दा धर्म ग्रंथ, आपो अपने अनेक मतां दा प्रचार करते हैं, पर हे महाकाल जी, आप जी दी सताई ओट सदका मैं किसे मत नूं नहीं अपनाया। ਸਿਮਰਤ ਸਾਸਰ ਬੇਦ ਸਵੈ, ਬਹੁ ਭੇਦ ਕਹੇ ਹਮ ਏਕ ਨ ਜਾਣਿਓ। हिंदू मत दे धर्म ग्रंथ, सिमरतियां, शास्त्र अते वेद, ये सारे अपने मत दे पांत पांत दे तरीके वर्णन करते हैं, पर हे महाकाल, आप जी दी ओट लैण दा सदका मैनू कोई भी तरीका ना पाया। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। हे शस्त्रधारी महाकाल जी, आप जी दा जस गायन आप जी दी कृपालता सदका ही संभव होया है। आप जी दा जस मैं आपूं ही आख्या,
सच्चाई ये है कि ये आप जी ने ही कथन कराया है। दोहरा सगल द्वार को छाड़ के गयो तुम्हारो द्वार, बाहें गहें की लाज यास गोविंद दास तुम्हार। दसम पिताजी कह रहे ने, सारी दुनिया नु छड़ के मैं सिर्फ आप जी दे द्वार नु ही पकड़िया है। आप जी दी बाह नु फड़े होए ये नाची दी लाज शर्म आप जी नु ही है। दसम पिताजी कह रहे ने, सारी दुनिया दे द्वार छड़ के मैं सिर्फ आप जी दा ही द्वार पकड़िया है। आप जी दी बाह नु फड़े होए ये नाची दी लाज शर्म आप जी नु ही है, क्योंकि गोविंद सिंह तुहाडा ही दास है। वाहेगुरु वाहिगुरु जी जी का का खालसा, खालसा, वाहेगुरु वाहिगुरु जी जी की की फतेह। फतेह। वैसे तो असीं पूरी कोशिश कीती है कि सारा पाठ जिहड़ा है वो सही तरीके नाल पढ़िए, पर जे फिर भी किते कोई गलती हो जाती है तां असीं हाथ जोड़ के माफी चाहुंदे हां, ते असीं अगे तो कोशिश करांगे कि असीं इस तरह दोबारा कोई गलती ना करिए। वाहिगुरु जी का खालसा, वाहिगुरु जी की फतेह।